ਸਾਬਕਾ ਕੌਂਸਲਰ ਓਮ ਪ੍ਰਕਾਸ਼ ਗੱਬਰ ਦੀ ਅਗਵਾਈ ਹੇਠ ਬਾਬਾ ਦੀਪ ਸਿੰਘ ਕਲੋਨੀ ਗੁਰੂ ਕੀ ਵਡਾਲੀ ਵਿਖੇ ਬੈਠਕ ਕੀਤੀ ਗਈ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ। ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਮੌਜੂਦ ਸਨ। ਆਸ ਰੱਖਦੇ ਹਾਂ ਛੇਵੀਂ ਪਾਤਸ਼ਾਹੀ ਦੀ ਅਪਾਰ ਕਿਰਪਾ ਦੇ ਨਾਲ ਬਾਬਾ ਦੀਪ ਸਿੰਘ ਕਲੋਨੀ ਬੜੀ ਖੂਬਸੂਰਤ ਬਣੇਗੀ। ਜਿੰਨੇ ਵੀ ਰਹਿੰਦੇ ਪਲਾਟ ਹੈ ਉਹਨਾਂ ਨੂੰ ਮੁਹੱਲੇ ਵਾਲਿਆਂ ਨੂੰ ਇਹ ਬੇਨਤੀ ਹੈ ਕਿ ਤੇ ਨੀਹਾਂ ਭਰਾਉਣ। ਨੀਹਾਂ ਭਰਾਉਣ ਤੋਂ ਬਾਅਦ ਇਹ ਕੰਮ ਰਨਿੰਗ ਵਿੱਚ ਰਹੇਗਾ। ਇਹਨੂੰ ਖੂਬਸੂਰਤ ਬਣਾਉਣ ਵਿੱਚ ਕੋਈ ਕਮੀ ਨਹੀਂ ਛੱਡਾਂਗੇ। ਅੱਜ ਇਸ ਕਲੋਨੀ ਵਿੱਚ ਮੁਸ਼ਕਿਲ ਹੈ, ਗਲੀਆਂ ਬਣਨ ਵਾਲੀਆਂ ਹਨ, ਕੁਛ ਸਟੀਟ ਲਾਈਟ ਦੀਆਂ ਹਨ, ਕੋਈ ਨੀਲੇ ਕਾਰਡ ਦੀਆਂ, ਆਧਾਰ ਕਾਰਡ ਦੀਆਂ। ਮੈਂ ਤਾਂ ਪਹਿਲਾਂ ਸਰਦਾਰ ਓਮ ਪ੍ਰਕਾਸ਼ ਗੱਬਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ, ਜਿਨ੍ਹਾਂ ਨੇ ਸਾਡੀ ਪ੍ਰੋਬਲਮ ਸੁਣੀਆਂ ਜੇ ਅਤੇ ਸਾਨੂੰ ਵਿਸ਼ਵਾਸ ਦਵਾਇਆ ਆ ਕਿ ਅਸੀਂ ਸਾਰੀਆਂ ਪ੍ਰੋਬਲਮ ਹੱਲ ਕਰਾਂਗੇ।